ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301। ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜੂ ਵਿਖੇ ਪ੍ਰਸਿੱਧ ਵਿਦਿਅਕ ਸੰਸਥਾ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਹੜੇ ਵਿੱਚ ਤੀਆਂ ਦਾ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ। ਸਕੂਲ ਚੇਅਰਮੈਨ ਸਰਦਾਰ ਦਰਸ਼ਨ ਸਿੰਘ, ਗੋਬਿੰਦ ਬਾਡੀ ਬਿਲਡਰ ਵਾਲੇ ਮੈਨੇਜਮੈਂਟ ਦੇ ਮੈਡਮ ਮਨਪ੍ਰੀਤ ਕੌਰ ਗਿੱਲ ਦੀ ਦੇਖ ਰੇਖ ਹੇਠ ਹੋਏ ਸਮਾਰੋਹ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮਾਤਾ ਕਰਤਾਰ ਕੌਰ ਜੀ, ਮਾਤਾ ਧਨਵੰਤ ਕੌਰ ਜੀ, ਪ੍ਰਿੰਸੀਪਲ ਜੋਸ਼ੀ ਜੋਸਫ ਨੇ ਸਮਾਰੋਹ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥਣਾਂ, ਟੀਚਰ ਸਾਹਿਬਾਨਾਂ ਨੇ ਗਿੱਧਾ, ਭੰਗੜਾ, ਲੋਕ ਗੀਤ ਅਤੇ ਪ੍ਰਾਂਤਰ ਵਿਰਸੇ ਦੀਆਂ ਝਲਕਾਂ ਪੇਸ਼ ਕੀਤੀਆਂ। ਜੀ ਮੈਨੂੰ
ਮੁੱਖ ਮਹਿਮਾਨ ਵਜੋਂ ਪੁੱਜੇ ਮਾਤਾ ਕਰਤਾਰ ਕੌਰ ਜੀ ਅਤੇ ਮਾਤਾ ਧਨਵੰਤ ਕੌਰ ਨੇ ਕਿਹਾ ਕਿ ਇਹ ਤੀਆਂ ਦਾ ਮੇਲਾ ਕਰਵਾਉਣ ਦਾ ਮੁੱਖ ਮਕਸਦ ਅਲੋਪ ਹੋ ਰਹੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਹੈ। ਤੀਆਂ ਦਾ ਤਿਉਹਾਰ ਸਾਡੇ ਵਾਸਤੇ ਬੜਾ ਇੱਕ ਮਸ਼ਹੂਰ ਤਿਉਹਾਰ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਪਹਿਲਾਂ ਕੁੜੀਆਂ ਨੂੰ ਵਿਆਹ ਦਿੰਦੇ ਸੀ, ਉਹ ਫਿਰ ਸਾਉਣ ਦੇ ਮਹੀਨੇ ਮਾਪਿਆਂ ਦੇ ਘਰ ਆ ਕੇ ਆਪਦੀ ਖੁਸ਼ੀ ਪ੍ਰਗਟ ਕਰਦੀਆਂ ਸੀ। ਉਹ ਕੁੜੀਆਂ ਨਿੱਕੇ ਨਿੱਕੇ ਗੀਤ ਗਾਉਂਦੀਆਂ, ਖੁਸ਼ੀਆਂ ਮਨਾਉਂਦੀਆਂ, ਪੀਂਘਾਂ ਝੂਟਦੀਆਂ। ਅੱਗੇ ਪੀਂਘਾਂ ਦੇ ਵਾਸਤੇ ਵੀ ਸਹੁਰੇ ਰੰਗਲੀ ਪੀੜ੍ਹੀ ਅਤੇ ਰੱਸੇ ਭੇਜਦੇ ਹੁੰਦੇ, ਤਾਂ ਕਿ ਲੜਕੀਆਂ ਛੋਟੀਆਂ ਕੁੜੀਆਂ ਵਿਆਹੀ ਜਾਂਦੀਆਂ, ਉਹ ਫਿਰ ਆਨੰਦ ਮਾਣਦੀਆਂ ਹੁੰਦੀਆਂ। ਪਰ ਸਮੇਂ ਦੇ ਮੁਤਾਬਕ ਸਭ ਕੁਝ ਬਦਲਦਾ ਗਿਆ ਅਤੇ ਹੁਣ ਉਹ ਆਪਣੇ ਜਿਹੜੇ ਪੁਰਾਣੇ ਗੀਤ ਸੀ ਯਾਦ ਵਾਸਤੇ ਰਹਿ ਗਏ, ਪਰ ਵਰਤਣ ਵਾਸਤੇ ਨਹੀਂ ਰਹੇ। ਇਹ ਦਰਸ਼ਨ ਸਿੰਘ ਹੋਰਾਂ ਨੇ ਬਹੁਤ ਚੰਗਾ ਕੰਮ ਕੀਤਾ, ਜਿਹੜਾ ਕਿ ਪੁਰਾਣੀ ਸੱਭਿਅਤਾ ਨੂੰ ਇਹਨਾਂ ਨੇ ਪ੍ਰਫੁੱਲਿਤ ਕੀਤਾ ਅਤੇ ਅੱਗੇ ਵਾਸਤੇ ਵੀ ਇਹ ਨਵੀਂ ਪੀੜ੍ਹੀ ਹੈ, ਜਨਰੇਸ਼ਨ ਹੈ, ਇਹਨਾਂ ਨੂੰ ਨਵੀਆਂ ਚੀਜ਼ ਪੁਰਾਣੀਆਂ ਚੀਜ਼ਾਂ ਦੀ ਮਤਲਬ ਜਾਣਕਾਰੀ ਹੋਊਗੀ ਅਤੇ ਅੱਗੇ ਵਾਸਤੇ ਆਪਣੀ ਜਿਹੜੀ ਸੱਭਿਅਤਾ ਹੈਗੀ ਹੈ ਉਹ ਪ੍ਰਫੁੱਲਿਤ ਹੁੰਦੀ ਰਹੂ। ਇਸ ਸਮੇਂ ਪੁੱਜੇ ਮਹਿਮਾਨਾਂ ਦਾ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦਿਆਂ ਸਕੂਲੀ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਇਸ ਤਰ੍ਹਾਂ ਸਾਂਝੀ ਕੀਤੀ। ਮੈਂ ਕਰਮਵੀਰ ਕੌਰ, ਪਲੱਸ ਵਨ ਸਾਇੰਸ ਦੀ ਵਿਦਿਆਰਥਣ, ਬਹੁਤ ਹੀ ਮਾਣ ਮਹਿਸੂਸ ਕਰਦੀ ਹਾਂ ਕਿ ਸਾਡੇ ਸਕੂਲ ਵਿੱਚ ਇਹ ਬਹੁਤ ਹੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਨਾਲ ਹੀ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਮੌਕਾ ਦਿੱਤਾ ਜਾਂਦਾ ਹੈ। ਮੈਂ ਸਹਿਜਪ੍ਰੀਤ ਕੌਰ, ਪਲੱਸ ਵਨ ਸਾਇੰਸ ਗੋਵਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ। ਬਹੁਤ ਹੀ ਮਾਣ ਮਹਿਸੂਸ ਕਰਦੀ ਹਾਂ ਕਿ ਸਾਡੇ ਸਕੂਲ ਵਿੱਚ ਤੀਆਂ ਦਾ ਫੰਕਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ। ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ। ਸਮਾਰੋਹ ਦੇ ਅਖੀਰ ਵਿਦਿਆਰਥਣਾਂ ਅਤੇ ਟੀਚਰ ਸਾਹਿਬਾਨਾਂ ਵੱਲੋਂ ਗਿੱਧਾ ਆਈਟਮ ਵੀ ਪੇਸ਼ ਕੀਤੀ ਗਈ, ਜਿਸ ਦਾ ਨਜ਼ਾਰਾ ਸਾਰਿਆਂ ਨੇ ਪੱਬਾਂ ਭਰ ਹੋ ਕੇ ਤੱਕਿਆ। ਅਖੀਰ ਮੈਨੇਜਮੈਂਟ ਮੈਂਬਰ ਮੈਡਮ ਮਨਪ੍ਰੀਤ ਕੌਰ ਗਿੱਲ ਨੇ ਆਪਣੇ ਵਿਚਾਰ ਗੌਰਵ ਕਸ਼ੇਪਰ ਨਾਲ ਸਾਂਝੇ ਕੀਤੇ। ਇਸ ਸਮੇਂ ਉਹਨਾਂ ਦੇ ਨਾਲ ਮੈਡਮ ਐਨਸੀ ਜੈਸਨ, ਮੈਡਮ ਕੁਲਦੀਪ ਕੌਰ ਅਤੇ ਮੈਡਮ ਨਵਨੀਤ ਕੌਰ ਵੀ ਹਾਜ਼ਰ ਸਨ। ਅਸੀਂ ਅੱਜ ਗੋਬਿੰਦ ਸਕੂਲ ਦੇ ਵਿਹੜੇ ਵਿੱਚ ਤੀਆਂ ਸਾਵਨ ਦੀਆਂ ਦਾ ਤਿਉਹਾਰ ਮਨਾ ਰਹੇ ਹਾਂ। ਇਹ ਤਿਉਹਾਰ ਇਸ ਲਈ ਮਨਾਇਆ ਜਾ ਰਿਹਾ ਹੈ ਕਿ ਅਸੀਂ ਪੁਰਾਣੀ ਸੱਭਿਆਚਾਰ ਨੂੰ ਦੁਬਾਰਾ ਤੋਂ ਜੀਵਤ ਕਰ ਸਕੀਏ ਅਤੇ ਜੋ ਅੱਜ ਦੇ ਆਧੁਨਿਕ ਸਮੇਂ ਵਿੱਚ ਲੋਕਾਂ ਦੀ ਸੋਚ ਦੇ ਨਾਲ ਨਾਲ ਲੋਕ ਵੀ ਆਧੁਨਿਕ ਹੋ ਗਏ ਹਨ ਅਤੇ ਉਹ ਸਭ ਨੂੰ ਉਤੇਜਿਤ ਕਰਨ ਲਈ, ਅਸੀਂ ਪੁਰਾਣੇ ਸੱਭਿਆਚਾਰ ਨੂੰ ਉਤੇਜਿਤ ਕਰਨ ਲਈ ਸਕੂਲ ਵਿੱਚ ਇਹ ਪ੍ਰੋਗਰਾਮ ਰੱਖਿਆ, ਜਿਸ ਵਿੱਚ ਪੰਜਾਬੀ ਗਿੱਧਾ, ਪੰਜਾਬੀ ਗੀਤ, ਪੰਜਾਬੀ ਲੋਕ ਬੋਲੀਆਂ ਅਤੇ ਪੰਜਾਬੀ ਸਕਿੱਟ ਅਤੇ ਉਸ ਨਾਲ ਸੰਬੰਧਿਤ ਹੋਰ ਵੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਵਿੱਚ ਇੱਕ ਕੰਪੀਟੀਸ਼ਨ ਰੱਖਿਆ ਗਿਆ ਹੈ ਕਿ ਜੋ ਪੰਜਾਬੀ ਪੱਖ ਤੋਂ ਬਿਲਕੁਲ ਖਰਾ ਉਤਰੇਗਾ ਉਸ ਨੂੰ ਤੀਜ ਦੀ ਰਾਣੀ ਵਜੋਂ ਸਨਮਾਨਿਤ ਕੀਤਾ ਜਾਏਗਾ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।